ਪਹਿਲੇ ਤਾਂ ਤੁਸੀਂ ਕਹੀ ਜਾਓ ਕਿ ਮੈਂ ਕੇਵਲ ਤੇ ਕੇਵਲ ਧਰਮ ਦੇ ਪ੍ਰਚਾਰ ਤੱਕ ਸੀਮਿਤ ਰਹਿਣਾ ਆ ਤੇ ਮੈਂ ਜਿਹੜਾ ਆ ਮੈਂ ਉਸ ਸੋਚ ਦਾ ਮਾਲਕ ਕਿ ਨਾ ਕਿ ਮੈਂ ਭਾਰਤੀ ਸੰਵਿਧਾਨ ਨੂੰ ਮੰਨਦਾ ਆ। ਆਪਦੀ ਲੜਾਈ ਦਾ ਏਜੰਡਾ ਤੁਸੀਂ ਤੈਅ ਕਰਦੇ ਰਹੇ ਜੇ ਤੇ ਦੂਸਰੇ ਬੰਨੇ ਆ 30-34 ਸਾਲਾਂ ਤੋਂ ਜੇਲ੍ਹਾਂ ਚ ਬੈਠੇ ਉਹਨਾਂ ਦੀ ਤੁਸੀਂ ਗੱਲ ਹੀ ਨੀ ਕਰਦੇ ਤੇ ਕਹਿੰਦੇ ਜੇ ਪਹਿਲਾਂ ਮੈਨੂੰ ਬਾਹਰ ਕੱਢ ਲਓ। ਪੰਥ ਦੀ ਖਾਤਰ ਤੇ ਸ਼ਹੀਦੀਆਂ ਪਾਉਣੀਆਂ ਪੈ ਜਾਂਦੀਆਂ ਨੇ, ਪੰਥ ਦੀ ਖਾਤਰ ਤੇ ਲੱਤਾਂ ਚੌੜੀਆਂ ਕਰਾਉਣੀਆਂ ਪੈ ਜਾਂਦੀਆਂ ਨੇ, ਹਾਂਜੀ ਪੰਥ ਦੀ ਖਾਤਰ ਤੇ ਚੱਡੇ ਚੌੜੇ ਕਰਾਉਣੇ ਪੈ ਜਾਂਦੇ ਨੇ, ਪੰਥ ਦੀ ਖਾਤਰ ਤੇ ਪੰਜਾਬ ਘਰ ਤਬਾਹ ਕਰਨੇ ਪੈ ਜਾਂਦੇ ਨੇ। ਤੁਸੀਂ ਦੇਖੋ ਕਿ ਫੈਮਿਲੀ ਨੂੰ ਪਤਾ ਨਹੀਂ ਤੇ ਰਾਜਦੇਵ ਸਿੰਘ ਹੋਰੀ ਜਿਹੜੇ ਆ ਡਿਬਰੂਗੜ੍ਹ ਜੇਲ੍ਹ ਚ ਮੁਲਾਕਾਤ ਕਰਕੇ ਤੇ ਬਾਅਦ ਚ ਬਾਹਰ ਆਣ ਕੇ ਉਹ ਵੀ ਆਰ ਐਸ ਐਸ ਦਾ ਆਗੂ ਕਰੇਗਾ ਤੇ ਫਿਰ ਸਿੱਖਾਂ ਨੂੰ ਸੋਚਣਾ ਚਾਹੀਦਾ ਨਾ ਇਹਦੇ ਪਿੱਛੇ ਕਹਾਣੀ ਕੀ ਹੈ। ਤੁਹਾਨੂੰ ਸਾਜਿਸ਼ ਨਜ਼ਰ ਆਉਂਦੀ ਹੈ ਜਿਹੜੀ ਚੋਣ ਲੜਵਾਈ ਜਾ ਰਹੀ ਹੈ ਕਿ ਆਰ ਐਸ ਐਸ ਵਰਗੀ ਜਿਹੜੀ ਏਡੀ ਚਰਾਕ ਜਿਹੜੀ ਜਥੇਬੰਦੀ ਹੈ ਉਹ ਨਹੀਂ ਪਤਾ ਲੱਗਣ ਦਿੰਦੀ। ਖੈਰੇ ਤਾਂ ਦੋਗਲਾ ਸਟੈਂਡ ਕਹਿੰਦੇ ਨਜ਼ਰ ਆਇਆ ਪਾਸੇ ਉਹ ਸਿੱਖ ਇਸ਼ੂਜ਼ ਦੀ ਗੱਲ ਕਰਦੇ ਨੇ, ਯੁਆਪਾ ਦੀ ਗੱਲ ਕਰਦੇ ਨੇ, ਪੰਥਕ ਇਸ਼ੂਜ਼ ਦੀ ਗੱਲ ਕਰਦੇ ਹੋ, ਕਹਿੰਦੇ ਦੂਸਰੇ ਪਾਸੇ ਉਹ ਸਿਮਰਜੀਤ ਸਿੰਘ ਮਾਨ ਦੇ ਸਾਹਮਣੇ ਆ ਕੇ ਖੜੇ ਹੋ ਗਏ। ਹੁਣ ਲੱਗਦਾ ਨਹੀਂ ਕਿ ਤੁਹਾਡੇ ਉੱਤੇ ਵੀ ਇਹੀ ਸਵਾਲ ਖੜੇ ਹੋਣਗੇ ਕਿ ਇੱਕ ਪਾਸੇ ਤੁਸੀਂ ਪੰਥਕ ਮੁੱਦਿਆਂ ਦੀ ਗੱਲ ਕਰਦੇ ਹੋ ਔਰ ਦੂਸਰੇ ਪਾਸੇ ਤੁਸੀਂ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਸਾਹਮਣੇ ਹੀ ਖੜੇ ਹੋ ਗਏ। ਜਵਾਬ ਉਸ ਗੱਲ ਦਾ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਸਮਾਂ ਕਿੰਨਾ ਹੋਇਆ, ਪਰ ਹਿੰਦੁਸਤਾਨ ਦੀ ਕੋਈ ਵੀ ਜੇਲ੍ਹ ਹੋਵੇ ਜਿੱਥੇ ਬੰਦੀ ਸਿੰਘ ਬੰਦ ਰਹੇ ਆ ਕਦੀ ਕਿਸੇ ਦੇ ਫੋਨ ਦੀਆਂ ਫੋਨ ਕਾਲ ਰਿਕਾਰਡਿੰਗ ਜਾਂ ਜਿਹੜੇ ਆ ਵਾਇਸ ਮੈਸੇਜ ਕਦੀ ਬਾਹਰ ਸੁਣੇ? ਜਗਤਾਰ ਸਿੰਘ ਭਾਰਾ ਦੀਆਂ ਕਿੰਨੀਆਂ ਕੁ ਵਾਇਸ ਮੈਸੇਜ ਸੁਣੇ? ਤੁਹਾਨੂੰ ਇਹਦੇ ਪਿੱਛੇ ਕੁਛ ਹੋਰ ਮਨਸ਼ਾ ਲੱਗਦੀ ਹੈ? ਗੱਲਾਂ ਕੀਤੀਆਂ ਜੋ ਤੁਸੀਂ ਵੜਕਾ ਮਾਰੀਆਂ ਕਿ ਮੈਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਨਹੀਂ ਮੰਨਦਾ, ਹਾਲਾਂਕਿ ਪਾਸਪੋਰਟ ਉਹਨਾਂ ਨੇ ਆਪਣਾ ਮੰਨਣ ਤੋਂ ਮਨਾ ਕਰਤਾ, ਕਰਨ ਵਾਸਤੇ ਦਸਤਾਵੇਜ਼ ਹੈ ਜੀ, ਹਾਂਜੀ ਤੇ ਫਿਰ ਤੁਸੀਂ ਕਹਿੰਦੇ ਸੀ ਕਿ ਮਰਨੀ ਮਰ ਜੂੰਗਾ, ਫਿਰ ਤੁਸੀਂ ਅੱਗੇ ਲੱਗ ਲੱਗ ਕੇ ਭੱਜੇ ਫਿਰਦੇ ਰਹੇ, ਫਿਰ ਤੁਸੀਂ ਕਹਿੰਦੇ ਜੀ ਨਹੀਂ ਜੀ ਭਾਈ ਸਾਹਿਬ ਤੇ ਸਾਰੀ ਉਮਰ ਜੇਲ੍ਹ ਚ ਰਹਿ ਸਕਦੇ ਆ, ਉਹ ਬਾਕੀਆਂ ਤੇ ਇਲੈਕਸ਼ਨ ਲੜਨਾ ਚਾਹੁੰਦੇ ਤੇ ਫਿਰ ਬਾਕੀਆਂ ਨੂੰ ਲੜਾ ਦਿਓ, ਕਿਸੇ ਹੋਰ ਨੂੰ ਲੜਾ ਦਿਓ, ਇਹ ਠੇਕਾ ਥੋੜੀ ਲਿਆ ਕੇ ਤੇ ਮਤਲਬ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਹੀ ਫੈਸਲਾ ਲੈਣਾ ਹਰ ਇੱਕ।